ਨਿਡਰ ਨਿਰਪੱਖ ਅਤੇ ਪੰਥਕ ਸੋਚ ਨੂੰ ਅੱਗੇ ਵਧਾਉਂਦਿਆਂ ਅਦਾਰਾ ਪਹਿਰੇਦਾਰ ਵੱਲੋਂ ਇੱਕ ਹੋਰ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਪੰਜਾਬੀ ਪੱਤਰਕਾਰਤਾ ਦੇ ਖੇਤਰ 'ਚ ਮੋਹਰੀ ਅਖ਼ਬਾਰ ਬਣਨ ਤੋਂ ਬਾਅਦ ਹੁਣ ਪਹਿਰੇਦਾਰ ਅੰਗਰੇਜ਼ੀ ਅਖ਼ਬਾਰ 21 ਮਾਰਚ ਤੋਂ ਤੁਹਾਡੀਆਂ ਬਰੂਹਾਂ 'ਤੇ ਦਸਤਕ ਦੇਵੇਗਾ। ਅਦਾਰਾ ਪਹਿਰੇਦਾਰ ਵੱਲੋਂ ਅੰਗਰੇਜ਼ੀ ਦਾ ਅਖ਼ਬਾਰ ਖਾਸ ਤੌਰ 'ਤੇ ਉਸ ਵਰਗ ਲਈ ਸ਼ੁਰੂ ਕੀਤਾ ਗਿਆ ਹੈ ਜੋ ਵਿਦੇਸ਼ਾਂ 'ਚ ਬੈਠੇ ਆਪਣੇ ਵਿਰਸੇ ਨਾਲ ਜੁੜਨਾ ਚਾਹੁੰਦੇ ਨੇ। ਪੰਜਾਬ ਦੇ ਇਤਿਹਾਸ ਮੌਜੂਦਾ ਹਾਲਾਤਾਂ ਤੋਂ ਵਾਕਫ ਹੋਣਾ ਚਾਹੁੰਦੇ ਨੇ, ਪਰ ਪੰਜਾਬੀ ਭਾਸ਼ਾ ਉਹਨਾਂ ਦੀ ਇਸ ਰੁਚੀ 'ਚ ਰੋੜਾ ਬਣ ਰਹੀ ਸੀ। ਅਦਾਰਾ ਪਹਿਰੇਦਾਰ ਵੱਲੋਂ ਦੇਸ਼ ਵਿਦੇਸ਼ ਦੇ ਵਿੱਚ ਉਹ ਸਿੱਖ ਨੌਜਵਾਨ ਪੀੜ੍ਹੀ ਜਿਹੜੀ ਆਪਣੇ ਵਿਰਸੇ ਨਾਲ ਜੁੜਨਾ ਚਾਹੁੰਦੀ ਆ ਪਰੰਤੂ ਪੰਜਾਬੀ ਤੋਂ ਅਣਜਾਣ ਹੈ, ਅਤੇ ਦੂਸਰੇ ਪਾਸੇ ਅਦਾਰਾ ਪਹਿਰੇਦਾਰ ਵੱਲੋਂ ਆਪਣੇ ਅਮੀਰ ਵਿਰਸੇ ਨੂੰ ਹਰ ਘਰ ਦੀਆਂ ਬਰੂਹਾਂ ਤੱਕ ਲੈ ਕੇ ਜਾਣ ਦੇ ਲਈ ਇਹ ਅੰਗਰੇਜ਼ੀ ਦਾ ਅਖ਼ਬਾਰ ਹੈ ਜਿਹੜਾ ਉਹ ਸ਼ੁਰੂ ਕੀਤਾ ਗਿਆ, ਤਾਂ ਕਿ ਅਸੀਂ ਆਪਣੇ ਉਸ ਮਹਾਨ ਵਿਰਸੇ ਨੂੰ, ਆਪਣੀਆਂ ਉਹਨਾਂ ਮਹਾਨ ਪਰੰਪਰਾਵਾਂ ਰਵਾਇਤਾਂ ਨੂੰ ਉਸ ਭਾਸ਼ਾ ਦੇ ਵਿੱਚ ਜਿਹੜੀ ਅੱਜ ਦੀ ਸਾਡੀ ਨਵੀਂ ਪੀੜ੍ਹੀ ਹੈ, ਜਿਹੜੀ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਨਵੀਂ ਪੀੜ੍ਹੀ ਹੈ ਜਿਹੜੀ ਪੰਜਾਬੀ ਤੋਂ ਅਣਜਾਣ ਆ, ਉਹਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਲਈ ਅਦਾਰਾ ਪਹਿਰੇਦਾਰ ਵੱਲੋਂ ਪੰਥ ਦੀ ਆਵਾਜ਼ ਹੱਕ ਸੱਚ ਦਾ ਪਹਿਰੇਦਾਰ ਅੰਗਰੇਜ਼ੀ ਵਿੱਚ ਸ਼ੁਰੂ ਕੀਤਾ ਜਾ ਰਿਹਾ। ਸੋ ਮੁਲਕ ਅਤੇ ਵਿਦੇਸ਼ੀ ਪਾਠਕਾਂ ਦੀ ਪੁਰਜ਼ੋਰ ਅਪੀਲ ਤੋਂ ਬਾਅਦ ਅਦਾਰਾ ਪਹਿਰੇਦਾਰ ਵੱਲੋਂ 21 ਮਾਰਚ ਤੋਂ ਅੰਗਰੇਜ਼ੀ 'ਚ ਹੱਕ ਸੱਚ ਦਾ ਪਹਿਰੇਦਾਰ ਨਿਊਜ਼ ਪੇਪਰ ਸ਼ੁਰੂ ਕੀਤਾ ਜਾ ਰਿਹਾ। ਬਿਊਰੋ ਰਿਪੋਰਟ, ਪਹਿਰੇਦਾਰ ਟੀਵੀ।